ਤਰਨ ਤਾਰਨ ਦੇ ਕਸਬਾ ਭੀਖੀਮਿੰਡ ਵਿਖੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਵਿੱਚ ਬਿਲਕੁਲ ਅਸਫਲ ਦਿਖਾਈ ਦੇ ਰਿਹਾ ਹੈ ਅਤੇ ਇਹ ਚੋਰਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਦਿਨ ਦਿਹਾੜੇ ਕਿਸੇ ਵੀ ਘਰ ਨੂੰ ਨਿਸ਼ਾਨਾ ਬਣਾ ਲੈਂਦੇ ਹਨ ਭਾਵੇਂ ਉਹ ਕਿਸੇ ਅਮੀਰ ਦਾ ਹੋਵੇ ਜਾਂ ਕਿਸੇ ਗਰੀਬ ਦਾ ਐਸਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਭੀਖੀਮਿੰਡ ਤੋਂ ਜਿੱਥੇ ਕਿ ਇੱਕ ਗਰੀਬ ਜੋ ਕਿ ਸਾਰੀ ਦਿਹਾੜੀ ਰਸ਼ਕਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਰਾਤ ਨੂੰ ਮਸਾ ਹੀ ਲਿਆ ਕੇ ਦੋ ਵਕਤ ਦੀ ਰੋਟੀ ਆਪਣੇ ਪਰਿਵਾਰ ਨੂੰ ਖਵਾ ਸਕਦਾ ਹੈ ਪਰ ਜਦ ਉਸਦੇ ਘਰ ਵਿੱਚ ਕੋਈ ਚੋਰ ਆ ਕੇ ਸਾਰਾ ਸਮਾਨ ਲੈ ਜਾਵੇ ਤਾਂ ਉਸ ਪਰਿਵਾਰ 'ਤੇ ਕੀ ਬੀਤਦੀ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਵਿਅਕਤੀ ਅਤੇ ਘਰ ਦੇ ਮੁਖੀ ਸਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ਦੇ ਵਿੱਚ ਵਿਆਹ 'ਤੇ ਗਏ ਹੋਏ ਸਨ ਤਕਰੀਬਨ ਦਿਨੇ ਡੇਢ ਵਜੇ ਦੇ ਕਰੀਬ ਕੋਈ ਅਣਪਛਾਤੇ ਵਿਅਕਤੀ ਉਸਦੇ ਘਰ ਵਿੱਚ ਦਾਖਲ ਹੋ ਕੇ ਉਸਦੇ ਘਰ ਵਿੱਚ ਲੱਗਾ ਇਨਵੈਟਰ ਅਤੇ ਪੇਟੀ ਵਿੱਚ ਪਿਆ 5,000 ਰੁਪਏ ਅਤੇ ਗੁਰੂ ਘਰ ਵਾਸਤੇ ਜੋੜੇ ਕੁਝ ਪੈਸੇ ਅਤੇ ਘਰ ਦੇ ਸਾਰੇ ਭਾਂਡੇ ਚੋਰ ਚੋਰੀ ਕਰਕੇ ਆਪਣੇ ਨਾਲ ਲੈ ਗਏ ਹਨ ਜਿਸ ਦੀ ਸਾਰੀ ਵਾਰਦਾਤ CCTV ਕੈਮਰੇ ਵਿੱਚ ਵੀ ਕੈਦ ਹੋਈ ਹੈ ਪੀੜਿਤ ਵਿਅਕਤੀ ਨੇ ਕਿਹਾ ਕਿ ਹੁਣ ਉਸਦੇ ਘਰ ਵਿੱਚ ਰੋਟੀ ਖਾਣ ਨੂੰ ਇੱਕ ਦਾਣਾ ਨਹੀਂ ਅਤੇ ਘਰ ਵਿੱਚ ਇੱਕ ਵੀ ਭਾਂਡਾ ਨਹੀਂ ਰਹਿ ਗਿਆ ਪੀੜਿਤ ਵਿਅਕਤੀ ਨੇ ਭਰੇ ਮਨ ਨਾਲ ਜ਼ਿਲ੍ਹਾ ਤਰਨ ਤਾਰਨ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਚੋਰੀ ਹੋਇਆ ਸਮਾਨ ਉਹਨਾਂ ਨੂੰ ਦਵਾਇਆ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਇੱਥੇ ਇਹ ਦੱਸਣਯੋਗ ਹੈ ਕਿ ਇਸ ਪੀੜਿਤ ਪਰਿਵਾਰ ਦੇ ਘਰ ਦੀ ਹਾਲਤ ਇੰਨੀ ਕੁ ਜ਼ਿਆਦਾ ਮੰਦੀ ਹੈ ਕਿ ਇਹਨਾਂ ਦਾ ਇੱਕ ਲੜਕਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਅਤੇ ਉਸਨੂੰ ਹਰ ਰੋਜ਼ ਇੱਕ ਇੰਜੈਕਸ਼ਨ ਲੱਗਦਾ ਹੈ ਪਰ ਘਰ ਵਿੱਚ ਸਾਰਾ ਕੁਝ ਚੋਰੀ ਹੋ ਜਾਣ ਕਾਰਨ ਉਹ ਲੜਕਾ ਮੰਜੇ 'ਤੇ ਤੜਫਣ ਲਈ ਮਜਬੂਰ ਹੈ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਆਪ ਨੂੰ ਮੰਗ ਕਰਦੇ ਹਾਂ ਕਿ ਆਪ ਸਮਾਜ ਸੇਵੀ ਲੋਕ ਉਕਤ ਵਿਅਕਤੀ ਦੀ ਜ਼ਰੂਰ ਬਾਂਹ ਫੜਨ ਤਾਂ ਜੋ ਇਹ ਗਰੀਬ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਬਚ ਸਕੇ ਉੱਧਰ ਜਦ ਇਸ ਸੰਬੰਧੀ ਥਾਣਾ ਭੀਖੀਵਿੰਡ ਦੇ ASI ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਹਨਾਂ ਨੂੰ ਹੁਣੇ ਹੀ ਸਰਨ ਸਿੰਘ ਵੱਲੋਂ ਦਰਖਾਸਤ ਮਿਲੀ ਹੈ ਅਤੇ ਉਹ ਇਸ ਵਿੱਚ ਜਲਦ ਹੀ ਜਲਦ ਕਾਰਵਾਈ ਕਰਕੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲੈਣਗੇ ਭੀਖੀਵਿੰਡ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ ਕੀ ਗੱਲ ਹੋਈ ਹੈ ਸਾਡੇ ਘਰ ਚੋਰੀ ਹੋ ਗਈ ਜੀ ਡੇਢ ਵਜੇ ਦੀ ਗੱਲ ਹੈ ਜੀ ਅਤੇ ਤੁਸੀਂ ਕਿੱਥੇ ਗਏ ਅਸੀਂ ਵਿਆਹ ਗਏ ਹਾਂ ਜੀ ਅਤੇ ਕਿੰਨੇ ਕੀ ਚੋਰੀ ਹੋਇਆ ਇਨਵੈਟਰ ਸਾਡਾ ਇੱਕ ਲੈ ਗਏ ਭਾਂਡੇ ਭੁੰਡੇ ਲੈ ਗਏ ਜੀ ਪੈਸੇ ਲੈ ਗਏ ਜੀ ਨਗਦ ਕੈਸ਼ 20,000 ਹੈਗਾ ਜੀ ਇਹ ਜਿਹੜਾ 20,000 ਰੁਪਈਆ ਸੀ ਇਹ ਕਾਹਦਾ ਸੀ ਇਹ ਜੀ ਭਾਅ ਜੀ ਅਸੀਂ ਨਾ ਚਾਂਦਾ ਕੱਢਦੇ ਹਾਂ ਜੀ ਰੱਬ ਦੇ ਘਰ ਗੱਲਾਂ ਸੀ ਅਤੇ ਉਹਦੇ ਵਿੱਚ ਪਾਇਆ ਸੀ ਅਤੇ 5,000 ਵੱਖਰਾ ਕੈਸ਼ ਪਿਆ ਸੀ ਇਨਵੈਟਰ ਦੀ ਕਿਸ਼ਤ ਪਈ ਸੀ ਸਾਡੀ ਅਤੇ ਸਾਰੇ ਭਾਂਡੇ ਭੁੰਡੇ ਵੀ ਲੈ ਗਏ ਜੀ ਅਤੇ ਮੇਰੇ ਕੋਲੋਂ ਕੁਛ ਨਹੀਂ ਇਸ ਟਾਈਮ ਜੀ ਕੀ ਕੰਮ ਕਰਦੇ ਤੁਸੀਂ ਰੇਹੜੀ ਚਲਾਉਣਾ ਜੀ ਭਾਰ ਢੋਣ ਵਾਲੀ ਮੋਟਰਸਾਈਕਲ ਵਾਲੀ ਰੇਹੜੀ ਚਲਾਉਣਾ ਰੇਹੜੀ ਚਲਾ ਗੁਜ਼ਾਰਾ ਕਰਦਾ ਸੀ ਅਤੇ ਘਰ ਦਾ ਗੁਜ਼ਾਰਾ ਹੁਣ ਕਿੱਦਾਂ ਚੱਲਦਾ ਹੁਣ ਵੇਖੋ ਭਾਅ ਜੀ ਸਾਰਾ ਕੁਛ ਤਾਂ ਲੈ ਗਏ ਹੁਣ ਟਾਈਮ ਪਾਸ ਹੀ ਹੁਣ ਰੇਹੜੀ ਰਹਿ ਗਈ ਭਾਈ ਲੋਕਡਾਊਨ ਚੱਲ ਰਿਹਾ ਇਸ ਟਾਈਮ ਕੱਖ ਨਹੀਂ ਹੋਇਆ ਘਰ ਦੇ ਵਿੱਚ ਜੀ ਥਾਣੇ ਤੁਸੀਂ ਦਰਖਾਸਤ ਦਿੱਤੀ ਹਾਂਜੀ ਥਾਣੇ ਦਰਖਾਸਤ ਦਿੱਤੀ ਜੀ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਪਤਾ ਕਰਦੇ ਹਾਂ ਜੀ ਬੰਦਿਆਂ ਦਾ ਹਾਂਜੀ ਭਾਅ ਜੀ ਤੁਸੀਂ ਇਹਨਾਂ ਦੇ ਕੀ ਲੱਗਦੇ ਜੀ ਅਤੇ ਕੀ ਗੱਲ ਹੈ ਸਰ ਇਹ ਜੀ ਮੇਰੇ ਸਾਂਢੂ ਸਾਹਿਬ ਨੇ ਅੱਛਾ ਜੀ ਅਤੇ ਸਾਡੀ ਸਾਲੀ ਦੀ ਮੈਰਿਜ ਸੀ ਅਤੇ ਅਸੀਂ ਸਾਰੇ ਉੱਥੇ ਇਕੱਠੇ ਹੋਏ ਹਾਂ ਅਤੇ ਸਾਨੂੰ ਮਗਰੋਂ ਕੋਈ ਫੋਨ ਗਿਆ ਵੀ ਕਹਿੰਦੇ ਵੀ ਤੁਹਾਡੇ ਘਰ ਵਿੱਚ ਚੋਰੀ ਹੋ ਗਈ ਆ ਚੋਰੀ ਦਾ ਸਮਾਨ ਜੀ ਇੱਕ ਇਨਵੈਟਰ ਕੁਝ ਥੋੜ੍ਹੀ ਜਿਹੀ ਨਗਦੀ 5,000 ਰੁਪਈਆ ਇਨਵੈਟਰ ਦੀ ਕਿਸ਼ਤ ਵਾਸਤੇ ਰੱਖਿਆ ਸੀ ਗਰੀਬ ਬੰਦਾ ਸੀ ਇਹਨੇ ਅਤੇ ਇਸ ਕਰਕੇ ਫਿਰ ਕੁਝ ਪਰਮਾਤਮਾ ਦੇ ਨੌਗੇ ਦਾ ਨਗਮਾ ਕੱਢਦਾ ਸੀ ਇਹ ਅਤੇ ਉਹਦੇ ਵਿੱਚ ਉਹ ਕਹਿੰਦੇ 2 ਸਾਲ ਦੇ ਵਾਸਤੇ ਸੁੱਖਿਆ ਵੀ ਪਰਮਾਤਮਾ ਦੇ ਘਰ 'ਚ ਮੈਂ ਰੇਤਾ ਚੜ੍ਹਾਊਂਗਾ ਜਾਂ ਕੋਈ ਬੱਜਰੀ ਲੈ ਕੇ ਦਊਂਗਾ ਇੱਦਾਂ ਕਰਕੇ ਡੇਲੀ ਕੋਈ 100-150 ਕੱਢਦਾ ਇਹਦੇ 'ਚ ਤੋ ਵੱਖਰਾ ਗੱਲਾ ਲਾਇਆ ਸੀ ਉਹ ਗੱਲਾ ਵੀ ਸਾਰਾ ਲੈ ਗਏ ਨੇ ਅਤੇ ਇਹ ਵਕਤ ਘਰ ਦੇ ਭਾਂਡੇ ਟਿੰਡੇ ਵੀ ਸਭ ਲੈ ਗਏ ਨੇ ਇਹ ਵਕਤ ਵਿਚਾਰੇ ਭੁੱਖੇ ਭਾਣੇ ਬੈਠੇ ਨੇ ਅਤੇ ਤੁਸੀਂ ਕੀ ਮੰਗ ਕਰਦੇ ਸਰਕਾਰ ਅਸੀਂ ਸਰਕਾਰ ਕੋਲੋਂ ਇਹੋ ਮੰਗ ਕਰਦੇ ਹਾਂ ਜੀ ਕਿ ਸਰਕਾਰ ਸਾਡੀ ਸਹਾਇਤਾ ਕਰੇ ਇਹਨਾਂ ਬੱਚਿਆਂ ਦੀ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਬੱਚੇ ਵੀ ਠੀਕ ਨਹੀਂ ਰਹਿੰਦੇ ਵੱਡੇ ਲੜਕੇ ਨੂੰ ਸ਼ੂਗਰ ਰਹਿੰਦੀ ਹੈ 500 ਸ਼ੂਗਰ ਰਹਿੰਦੀ ਇਹਨੂੰ ਇਹ ਡੇਲੀ ਦਾ ਟੀਕਾ ਲਾਉਂਦਾ ਇਹ ਵਕਤ ਇਹਨਾਂ ਕੋਲੋਂ ਬੱਚੇ ਨੂੰ ਟੀਕਾ ਲਾਉਣ ਨੂੰ ਪੈਸੇ ਨਹੀਂ ਹੈ ਇਹ ਜੀ ਸਰ ਸਿੰਘ ਨੂੰ ਇੱਕ ਸ਼ਾਮੀ ਦਰਖਾਸਤ ਆਈ ਹੈ ਵੀ ਅਸੀਂ ਸਮੇਤ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰੀ 'ਚ ਗਏ ਹਾਂ ਅਤੇ ਦੁਪਹਿਰੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਸਾਡੇ ਘਰ ਚੋਰੀ ਕਰ ਲਈ ਹੈ ਅਤੇ ਜਿਨ੍ਹਾਂ ਦੀ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ CC ਕੈਮਰੇ ਜਿਹੜੇ ਆ ਗਲੀਆਂ ਵਿੱਚ ਲੱਗੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਜੋ ਵੀ ਅੱਗੇ ਆਏਗਾ ਉਹ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਦਰਖਾਸਤ 'ਚ ਕੀ ਦਿੱਤਾ ਗਿਆ ਕਿ ਕਿੰਨੀ ਚੋਰੀ ਹੋਈ ਹੈ ਅਤੇ ਕੀ ਹੈ ਜੀ ਦਰਖਾਸਤ ਵਿੱਚ ਉਹਨੇ ਕਿਹਾ ਵੀ 5,000 ਰੁਪਇਆ ਮੇਰਾ ਇੱਕ ਪਿਆ ਸੀ ਅਤੇ ਕੁਛ ਪੈਸੇ ਬੁਕਿੰਗ ਦੇ ਵਿੱਚ
ਅਤੇ ਬੁਕਿੰਗ ਦੇ ਪੈਸਿਆਂ ਦਾ ਨਹੀਂ ਕਲੀਅਰ ਵੀ ਕਿੰਨੇ ਪੈਸੇ ਹੈਗੇ।